ਕਹਤੇ ਨਾ ਕਿ ਰਾਤ ਕੋ ਜਲਦੀ ਸੋਨਾ ਤੇ ਸਵੇਰੇ ਜਲਦੀ ਉੱਠਣਾ ਬਹੁਤ ਜ਼ਰੂਰੀ ਹੋ ਜਾਂਦਾ ਜੇ ਅਸੀਂ ਇੱਕ ਸਵਸਥ ਸਰੀਰ ਤੇ ਅਮੀਰ ਬਣਨਾ ਚਾਹੁੰਦੇ ਹਾਂ ਤੇ ਨਾਲ ਬਹੁਤ ਜ਼ਿਆਦਾ ਤੰਦਰੁਸਤ ਹੋਣਾ ਚਾਹੁੰਦੇ ਹਾਂ। ਗੁੱਡ ਮਾਰਨਿੰਗ ਸੋਨੀਆ, ਮੈਨੂੰ ਕਹਿੰਦੇ ਆ ਜੀ ਆਰ ਜੇ ਸੰਗਤਰਾ ਸਿਟੀ ਲਾਈਫ ਸੁਣ ਰਹੇ ਆਪ, ਔਰ ਇਸ ਵਕਤ ਮੇਰੇ ਸਾਥ ਹੈ ਸਟੂਡੀਓ ਮੇ ਸ਼ਮਸ਼ੇਰ ਸਿੰਘ ਜੀ, ਜੋ ਜਿਨਕੀ ਉਮਰ 58 ਈਅਰਸ ਕੀ ਹੈ, ਪਰ ਸਾਥ ਮੇ ਅਗਰ ਮੈਂ ਇਨਕੀ ਫਿਟਨੈਸ ਲੈਵਲ ਕੀ ਬਾਤ ਕਰੂੰ ਤੋ ਯੇ ਇੱਕ 20-30 ਸਾਲ ਕੇ ਨੌਜਵਾਨ ਕੋ ਚੈਲੰਜ ਕਰ ਸਕਤੇ ਹੈ ਫਿਟਨੈਸ ਕੇ ਮਾਮਲੇ ਮੇ। ਸਰ ਮੈਂ ਸਹੀ ਕਹਿ ਰਹੀ ਹਾਂ ਜੀ? ਹਾਂਜੀ ਹਾਂਜੀ। ਕਿਆ ਬਾਤ ਹੈ, ਮਤਲਬ ਇਹਨੂੰ ਕਹਿੰਦੇ ਆ ਜਜ਼ਬਾ, ਕਿਉਂਕਿ ਜਿੱਥੇ ਗੱਲ ਆਉਂਦੀ ਹੈ ਫਿਟਨੈਸ ਦੀ, ਸ਼ਮਸ਼ੇਰ ਸਿੰਘ ਜੀ ਮੈਰਾਥੋਨਰ ਨੇ, ਰਨਰ ਨੇ, ਤੇ ਬਹੁਤ ਜ਼ਿਆਦਾ ਆਪਦੇ ਆਪ ਨੂੰ ਫਿਟ ਰੱਖਦੇ ਨੇ। ਸਰ ਜਿੱਥੇ ਦੀ ਜਿੱਥੋਂ ਗੱਲ ਆਉਂਦੀ ਹੈ ਫਿਟਨੈਸ ਦੀ, ਇਹ ਜਰਨੀ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ੁਰੂ ਕਿੱਦਾਂ ਹੋਈ, ਮਤਲਬ ਕੋਈ ਨਾ ਕੋਈ ਕਹਾਣੀ ਹੋਣੀ ਇਹਦੇ ਪਿੱਛੇ, ਉਹ ਮੈਂ ਜ਼ਰੂਰ ਜਾਣਨਾ ਚਾਹਾਂਗੀ। ਕਹਾਣੀ ਤਾਂ ਇਹ, ਮੈਂ 2011 ਚ ਮੈਨੂੰ ਬਿਮਾਰ ਹੋ ਗਿਆ ਸੀਗਾ। ਅੱਛਾ। ਮੈਨੂੰ ਕੋਲੈਸਟ੍ਰੋਲ ਵੱਧ ਗਿਆ ਸੀ, ਜ਼ਿਆਦਾ ਖੂਨ ਗਾੜਾ ਹੋ ਗਿਆ ਸੀਗਾ ਜੀ, ਤੇ ਆਪਣਾ ਯੂਰਿਕ ਐਸਿਡ ਹੋ ਗਿਆ ਸੀਗਾ। ਇਸ ਤਰ੍ਹਾਂ ਲੱਗਣ ਲੱਗ ਗਈ ਲਾਈਫ ਖਤਮ ਹੋ ਗਈ ਆ। ਅੱਛਾ। ਤੇ ਉਹਤੇ ਬਾਅਦ ਮੈਨੂੰ ਡਾਕਟਰ ਕਹਿੰਦਾ ਵੀ 4 ਗੋਲੀਆਂ ਖਾਣੀਆਂ, ਖੂਨ ਪਤਲਾ ਕਰਨ ਦੀ, ਬਲੱਡ ਪ੍ਰੈਸ਼ਰ ਦੀ ਤੇ ਆਪਣੀ ਯੂਰਿਕ ਐਸਿਡ ਦੀ, ਇੱਕ ਨਾਲ ਵਿਟਾਮਿਨ ਖਾਣਾ ਪਊਗਾ, ਕੋਈ ਇੰਨੀਆਂ ਗੋਲੀਆਂ ਖਾਣੀਆਂ ਤੇ। ਮੈਂ ਖੈਰ ਗੋਲੀਆਂ ਤਾਂ ਮੈਂ ਖਾਣੀਆਂ ਨੀ ਹੈਗੀਆਂ ਜੀ, ਤੇ ਉਹਦੀ ਦਵਾਈ ਮੈਂ 15 ਦਿਨ ਲਿੱਤੀ। ਉਹਤੇ ਬਾਅਦ ਮੈਂ ਪਾਰਕ ਜਾਣਾ ਸ਼ੁਰੂ ਕਰਤਾ ਜੀ ਸਰ, ਤੇ ਫਿਰ ਮੇਰਾ ਇੱਕ ਡਾਕਟਰ ਦੋਸਤ ਸੀਗਾ ਆਪਣਾ ਹੋਮਿਓਪੈਥਿਕ ਦਾ, ਥੋੜੀ ਦਵਾਈ ਉਹਦੀ ਖਾਈ। ਜਦੋਂ ਪਾਰਕ ਚ ਜਾਣਾ ਸ਼ੁਰੂ ਕੀਤਾ, ਪਾਰਕ ਚ ਇੱਕ ਚੱਕਰ ਲੱਗਣ ਲੱਗਿਆ, ਪਹਿਲਾਂ ਇੱਕ ਚੱਕਰ ਨਾਲ ਹੀ ਸਾਹ ਫੁੱਲਦਾ ਸੀਗਾ, ਸੈਰ ਕਰਨ ਨਾਲ ਹੀ, ਫਿਰ ਮੁੜ ਕੇ ਹੌਲੀ ਹੌਲੀ 2 ਚੱਕਰ ਲਗਾਉਣੇ ਹੋਏ, 3 ਚੱਕਰ ਲਗਾਉਣੇ, ਮਤਲਬ ਮੈਨੂੰ 1.5 ਸਾਲ ਲੱਗਿਆ ਆਪਣੇ ਆਪ ਨੂੰ ਫਿੱਟ ਕਰਨ ਵਾਸਤੇ। ਸੈਰ ਕਰਦੇ ਕਰਦੇ ਫਿਰ ਮੈਂ 1 ਚੱਕਰ ਦੌੜ ਕੇ ਲਾਉਣਾ ਸ਼ੁਰੂ ਕੀਤਾ, ਫਿਰ 1 ਚੱਕਰ ਦੇ 2 ਚੱਕਰ ਸ਼ੁਰੂ ਕੀਤੇ, ਫਿਰ 2014 ਚ ਇੱਕ ਮੈਰਾਥਨ ਆਈ, ਮੈਨੂੰ ਪਤਾ ਨੀ ਸੀ ਲੱਗਦਾ ਜੀ, ਜਦੋਂ ਮੈਰਾਥਨ ਹੋ ਲੈਂਦੀ ਸੀ ਅਗਲੇ ਦਿਨ ਪਤਾ ਲੱਗਦਾ ਸੀਗਾ। ਅੱਛਾ। ਤੇ ਵੀ ਮੈਰਾਥਨ ਅਖਬਾਰਾਂ ਚ ਆਇਆ, ਪੇਪਰਾਂ ਚ, ਯਾਰ ਇਹ ਤਾਂ ਮੈਂ ਵੀ ਕਰ ਲੈਣੀ, 10 ਕਿਲੋਮੀਟਰ ਕੀ ਹੁੰਦਾ, ਮਤਲਬ ਮਨ ਨੂੰ ਇਹ ਲੱਗਣ ਲੱਗੇ ਮੈਂ ਤਾਂ ਬਹੁਤ ਵਧੀਆ ਹੋ ਗਿਆ, ਵਾਹ ਕਰ ਸਕਦਾ, ਮੈਂ ਤਾਂ ਰਾਜਪੁਰੇ ਪਹੁੰਚਾ ਦਾ ਉਰੇ ਤੋਂ ਚੰਡੀਗੜ੍ਹ ਤੋਂ, ਇਸ ਤਰ੍ਹਾਂ ਹੋਣ ਲੱਗ ਗਿਆ। ਤੇ ਮੁੜ ਕੇ ਫਿਰ ਮੈਂ 2014 ਵਿੱਚ ਇੱਕ ਮੈਰਾਥਨ ਆਈ ਸੀਗੀ, ਫਲਿੱਪਕਾਰਟ ਵਾਲਿਆਂ ਨੇ ਕਰਾਈ ਸੀਗੀ, ਪਹਿਲੀ ਮੈਰਾਥਨ ਮੇਰੀ ਸੀਗੀ ਉਹ 5 ਕਿਲੋਮੀਟਰ ਦੀ ਜੀ ਜੀ, ਤੇ ਉਹਦੇ ਵਿੱਚ ਮੈਨੂੰ ਲੋਕਾਂ ਨੇ ਇੰਨਾ ਜ਼ਿਆਦਾ ਮੋਟੀਵੇਸ਼ਨ ਦਿੱਤੀ ਕਿ ਵੀ ਯਾਰ ਤੂੰ ਤਾਂ ਬਹੁਤ ਪੁਰਾਣਾ ਹੋਊਗਾ ਮੈਰਾਥਨ ਕਰਦਾ, ਇੰਨਾ ਵਧੀਆ ਤੂੰ ਕਰਦਾ, ਮੈਂ 24 ਮਿੰਟਾਂ ਚ ਪਹਿਲੀ ਮੈਰਾਥਨ ਕੀਤੀ ਸੀ, ਤੇ ਲੋਕਾਂ ਨੇ ਮੈਨੂੰ ਇੰਨੀ ਜ਼ਿਆਦਾ ਉੱਥੇ ਕੀਤਾ, ਲੋਕਾਂ ਨੇ ਮੇਰੇ ਤੋਂ ਨੰਬਰ ਲਿੱਤੇ, ਮੈਨੂੰ ਆਪਣੇ ਨੰਬਰ ਦਿੱਤੇ, ਆਪਣੇ ਐਕਸਚੇਂਜ ਕੀਤੇ ਨੰਬਰ, ਉੱਥੋਂ ਸ਼ੁਰੂ ਹੋਇਆ ਮੇਰਾ ਸਫ਼ਰ ਇਹ। ਤੇ ਜਿਹੜਾ ਇਹ ਸਫ਼ਰ ਹੈ ਨਾ, ਇਹ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਸਫ਼ਰ ਨਹੀਂ ਹੈ, ਇਹ ਅੱਗੇ ਗੋਲਡ ਮੈਡਲ, ਸਿਲਵਰ ਮੈਡਲ ਤੱਕ ਵੀ ਪਹੁੰਚਿਆ ਹੈਗਾ। ਤੇ ਸਰ ਜਿੱਥੇ ਤੱਕ ਗੱਲ ਆਉਂਦੀ ਹੈ ਤੁਹਾਡੀ ਮੈਰਾਥੋਨ ਰਨਿੰਗ ਦੀ, ਤੁਸੀਂ ਸ਼ੁਰੂਆਤ ਤਾਂ ਕੀਤੀ ਹੈ ਕੁਝ ਸਾਲ ਪਹਿਲਾਂ, ਤੁਸੀਂ ਜਿਵੇਂ ਦੱਸਿਆ ਕਿ ਤੁਹਾਨੂੰ ਸਿਹਤ ਦੇ ਵਿੱਚ ਪ੍ਰੋਬਲਮਸ ਆਉਣ ਲੱਗ ਗਈਆਂ ਸੀਗੀਆਂ, ਤੁਹਾਡਾ ਖੂਨ ਮਤਲਬ ਕਾਫੀ ਥਿੱਕ ਹੋ ਗਿਆ ਸੀ ਜਿਹਨੂੰ ਕਹਿੰਦੇ ਆ, ਤੇ ਯੂਰਿਕ ਐਸਿਡ ਦੀ ਪ੍ਰੋਬਲਮ ਸੀਗੀ। ਉਸ ਤੋਂ ਬਾਅਦ ਤੁਸੀਂ ਫਿੱਟ ਤਾਂ ਹੋ ਗਏ ਹੈ ਨਾ, ਤੁਸੀਂ ਮੈਨੂੰ ਦੱਸਿਆ ਕਿ ਪਹਿਲਾਂ ਤਾਂ ਮੁਸ਼ਕਿਲਾਂ ਆਉਂਦੀਆਂ ਹੈਗੀਆਂ ਇਨੀਸ਼ਲੀ, ਕਿ ਪਹਿਲਾਂ 1 ਰਾਊਂਡ ਮਾਰਨ ਤੇ ਸਾਹ ਫੁੱਲਣ ਲੱਗ ਜਾਂਦਾ ਸੀਗਾ, ਲੇਕਿਨ ਇਸ ਰਨਿੰਗ, ਆਈ ਮੀਨ ਨਾਰਮਲ ਹੈਲਦੀ ਲਾਈਫ ਸਟਾਈਲ ਤੋਂ ਅੱਗੇ ਜਾਂਦੇ ਜਾਂਦੇ ਤੁਸੀਂ ਗੋਲਡ ਸਿਲਵਰ ਮੈਡਲ ਕਿੱਦਾਂ ਜਿੱਤਣ ਲੱਗ ਗਏ? ਉਹ ਤਾਂ ਫਿਰ ਪ੍ਰੈਕਟਿਸ ਦੇ ਨਾਲ ਹੀ ਹੈ ਜੀ, ਪ੍ਰੈਕਟਿਸ ਕਰਦੇ ਕਰਦੇ ਫਿਰ ਜਿਹੜੇ ਡਾਕਟਰ ਨੇ ਬੰਦ ਕਰਾਇਆ ਸੀ ਖਾਣਾ, ਤੇ ਉਹੀ ਡਾਕਟਰ ਨੇ ਫਿਰ ਕਿਹਾ ਤੂੰ ਸ਼ੁਰੂ ਕਰ। ਅੱਛਾ। ਉਹ ਮੈਨੂੰ ਲੇਖ ਤੇ ਦੇਖਦਾ ਹੁੰਦਾ ਸੀਗਾ ਕਿ ਇੰਨਾ ਦੌੜਦਾ, ਫਿਰ ਉਹਨਾਂ ਮੈਨੂੰ ਸਪੈਸ਼ਲੀ ਬੁਲਾ ਕੇ ਬਹੁਤ ਮੇਰੀ ਕਰਦਾ ਸੀ ਰਿਸਪੈਕਟ ਉਹ, ਤੇ ਉਹਨਾਂ ਕਹਿਣਾ ਸ਼ਮਸ਼ੇਰ ਯਾਰ ਜਿਹੜੀ ਚੀਜ਼ਾਂ ਬੰਦ ਕੀਤੀ ਨਾ, ਘਿਓ ਵੀ ਖਾਇਆ ਕਰ ਤੂੰ, ਪਨੀਰ ਵੀ ਖਾਇਆ ਕਰ ਤੂੰ, ਸਾਰਾ ਕੁਛ ਖਾਇਆ ਕਰ, ਤੈਨੂੰ ਕੋਈ ਹੁਣ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ, ਮਤਲਬ ਪ੍ਰੈਕਟਿਸ ਦੇ ਨਾਲ ਹੀ ਸਾਰਾ ਕੁਛ ਹੁੰਦਾ ਹੈਗਾ। ਬਿਲਕੁਲ। ਸਵੇਰੇ ਜਲਦੀ ਗਰਾਊਂਡ 'ਚ ਜਾਣਾ, ਤੇ ਉਹਤੇ ਬਾਅਦ ਆਪਣਾ ਪ੍ਰੈਕਟਿਸ ਕਰਨੀ,
ਫਿਰ ਜਾ ਕੇ ਘਰ ਚੰਗਾ ਖਾਣਾ, ਠੀਕ ਹੈ ਜੀ, ਚੰਗੀ ਸੋਚ ਜੀ 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 ਤੇ ਸਰ ਕਾਇਆ ਪਲਟ ਗਈ। ਮੈਂ ਤਾਂ ਏਦਾਂ ਕਹਾਂਗੀ ਕਿ ਜਿੱਥੋਂ ਇੱਕ ਟਾਈਮ ਤੇ ਤੁਹਾਨੂੰ ਘਿਓ ਪਨੀਰ ਸਭ ਕੁਛ ਬੰਦ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਤੁਹਾਨੂੰ ਸ਼ੁਰੂ ਕਰਵਾਤਾ ਉਸੇ ਡਾਕਟਰ ਨੇ, ਕਿੱਦਾਂ ਦਾ ਫੀਲ ਹੋਇਆ ਮਤਲਬ ਉਸ ਦਿਨ ਤੋਂ ਬਾਅਦ? ਬਹੁਤ ਵਧੀਆ ਲੱਗਿਆ ਸਾਨੂੰ ਤਾਂ। ਇਹ ਖਾਣੇ ਦੇ ਨਾਲ ਨਾਲ ਲੋਕੀ ਉਮਰ ਵੀ ਘੱਟ ਦੱਸਣ ਲੱਗ ਜਾਂਦੇ ਆ, ਯਾਰ ਤੂੰ ਤਾਂ 35 ਸਾਲਾਂ ਦਾ ਲੱਗਦਾ ਹੈਗਾ, ਤੂੰ ਦਾੜੀ ਕਾਲੀ ਕਰ ਲਾ ਤੂੰ ਤਾਂ 30 ਸਾਲਾਂ ਦਾ ਲੱਗੇਗਾ। ਤੇ ਯਾਰ ਮੈਂ ਜੀ 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 ਇਸ ਤਰ੍ਹਾਂ ਦੀ ਲੋਕੀ ਗੱਲਾਂ ਕਰਦੇ ਆ, ਬਹੁਤ ਬੜੇ ਚੰਗਾ ਵੀ ਲੱਗਦਾ, ਬਹੁਤ ਜ਼ਿਆਦਾ ਚੰਗਾ ਲੱਗਦਾ। ਫਿਰ ਜਦੋਂ ਫਿਟਨੈਸ ਆਪਣੇ ਆਪ ਨੂੰ ਵੀ ਲੱਗਣ ਲੱਗ ਜਾਂਦਾ, ਮੈਂ ਤਾਂ ਯਾਰ 20 ਸਾਲ ਦੇ ਮੁੰਡਿਆਂ ਨੂੰ ਮਾਤ ਪਾ ਦਾਂਗਾ। ਬਿਲਕੁਲ ਸਰ, ਬਿਲਕੁਲ, ਉਹਨਾਂ ਨਾਲ ਵੀ ਅਸੀਂ ਕੰਪੀਟੀਸ਼ਨ ਕਰੀਦਾ। ਬਹੁਤ ਮੁੰਡੇ ਜਿਹੜੇ ਨਵੇਂ ਨਵੇਂ ਆਉਂਦੇ ਆ ਉਹ ਪਿੱਛੇ ਰਹਿ ਜਾਂਦੇ, ਅਗਲੇ ਦਿਨ ਫਿਰ ਆਉਂਦੇ ਹੀ ਨਹੀਂ ਹੈਗੇ। ਬਿਲਕੁਲ ਬਿਲਕੁਲ, ਮੇਰੇ ਨਾਲ ਦੌੜ ਲੈਣਗੇ। ਤੁਸੀਂ ਸੱਚਮੁੱਚ ਦੇ ਵਿੱਚ ਤੁਸੀਂ ਮਤਲਬ 20-30 ਸਾਲਾਂ ਦੇ ਨੌਜਵਾਨ ਨੂੰ ਵੀ ਪੂਰੀ ਟੱਕਰ ਦੇ ਸਕਦੇ ਹੋ, ਤੇ ਇਹ ਬਹੁਤ ਹੀ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ ਕਿ ਆਪਾਂ ਮਤਲਬ ਇੱਕ ਟਾਈਮ ਤੇ ਜਿੱਥੇ ਕਿ ਤੁਹਾਨੂੰ ਹੈਲਥ ਪ੍ਰੋਬਲਮ ਸੀ ਉਸ ਤੋਂ ਬਾਅਦ ਸਿੱਧਾ ਤੁਸੀਂ ਇੱਕ ਮੈਰਾਥੋਨਰ ਬਣ ਗਏ ਤੇ ਨਾਲ ਕੰਪੀਟ ਕਰ ਰਹੇ ਹੋ 20-30 ਸਾਲਾਂ ਦੇ ਨੌਜਵਾਨਾਂ ਨਾਲ। ਆਈ ਥਿੰਕ ਬਹੁਤ ਹੀ ਕਾਬਿਲ ਤਾਰੀਫ ਹੈ ਗੱਲ ਹੈ, ਤੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ? ਮੈਸੇਜ ਤਾਂ ਇਹੀ ਹੈ ਵੀ ਚੰਗੀ ਸੋਚ ਤੇ ਚੰਗਾ ਖਾਣਾ ਜੀ, ਤੇ ਹਰ ਕੰਮ ਕਰਨਾ ਚਾਹੀਦਾ ਜ਼ਰੂਰ। ਸਵੇਰੇ ਉੱਠ ਕੇ ਤਾਂ ਪਾਰਕ ਜਾਣਾ ਹੀ ਜਾਣਾ ਜੀ, ਠੀਕ ਹੈ ਨਾ, ਇਹਨੂੰ ਨਾ ਮਿਸ ਕਰਨਾ, ਠੀਕ ਹੈ ਜੀ। ਤੇ ਆਪਣੇ ਮਾਂ ਬਾਪ ਦਾ ਤੁਸੀਂ ਰਿਸਪੈਕਟ ਕਰਨੀ ਹੈ, ਸਭ ਤੋਂ ਵੱਡੀ ਗੱਲ ਇਹ ਆ, ਤੇ ਬਹੁਤ ਚੰਗੀ ਸੋਚ ਰੱਖਣੀ ਆ। ਕਿਆ ਬਾਤ ਹੈ ਬਈ, ਸਵੇਰ ਦੇ ਟਾਈਮ ਜੇ ਇੰਨੀ ਵਧੀਆ ਗੱਲਾਂ ਸੁਣਨ ਨੂੰ ਮਿਲ ਜਾਣ ਤਾਂ ਆਈ ਥਿੰਕ ਅੱਧੇ ਦਿਨ ਦੀ ਟੈਨਸ਼ਨ ਤਾਂ ਇੱਦਾਂ ਹੀ ਖਤਮ ਹੋ ਜਾਂਦੀ ਹੈ। ਮੈਨੂੰ ਕਹਿੰਦਾ ਜੀ ਆਰਜੇ ਸੰਗਮਿਤਰਾ ਸਿਟੀ ਲਾਈਫ ਸੁਣ ਰਹੇ ਆਪ, ਔਰ ਇਸ ਵਕਤ ਮੇਰੇ ਸਾਥ ਹੈ ਸ਼ਮਸ਼ੇਰ ਸਿੰਘ ਜੀ, ਜੋ ਹੈ ਚੰਡੀਗੜ੍ਹ ਦੇ ਜਾਣੇ ਮਾਨੇ ਮੈਰਾਥੋਨਰ, ਗੋਲਡ ਸਿਲਵਰ ਮੈਡਲਿਸਟ ਰਹਿ ਚੁੱਕੇ ਨੇ। ਸ਼ਮਸ਼ੇਰ ਜੀ, ਇੱਕ ਗੱਲ ਹੈ, ਤੁਹਾਡਾ ਨਾਮ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਸੋਹਣਾ ਲੱਗਿਆ, ਬਿਲਕੁਲ ਸ਼ੇਰਾਂ ਵਾਂਗ, ਜਿਵੇਂ ਕਹਿੰਦੇ ਨਾ ਪੂਰੀ ਸ਼ੇਰਾਂ ਵਾਲੀ ਦਹਾੜ ਹੈ ਤੁਹਾਡੀ ਮੈਰਾਥੋਨ ਰਨਿੰਗ ਦੇ ਵਿੱਚ, ਤੇ ਨਾਲ ਨਾਲ ਮੈਨੂੰ ਦੱਸੋ ਕਿ ਤੁਸੀਂ ਸਿਲਵਰ ਤੇ ਗੋਲਡ ਮੈਡਲ ਤਾਂ ਜਿੱਤ ਰਹੇ ਹੋ, ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡਾ ਬਹੁਤ ਹੀ ਗੂੜਾ ਰਿਸ਼ਤਾ ਹੋਊਗਾ ਸੁਨਿਆਰਿਆਂ ਨਾਲ, ਸਹੀ ਕਹਿ ਰਹੀ ਹਾਂ? ਸੁਨਿਆਰੇ ਮੇਰੇ ਦੋਸਤ ਹੀ ਹੈਗੇ ਜੀ। ਬਸ ਫਿਰ ਬਹੁਤ ਹੀ ਵਧੀਆ, ਤਾਂ ਫਿਰ ਤਾਂ ਮਤਲਬ ਕੁਛ ਸੋਨੇ ਦੀਆਂ ਰਿੰਗਸ ਸਾਡੇ ਕੋਲ ਵੀ ਇੱਧਰ ਭਿਜਵਾ ਦਿਓ, ਅਸੀਂ ਵੀ ਨਾਲ ਨਾਲ ਇੰਜੋਏ ਕਰਾਂਗੇ। ਜਿੱਤਣੇ ਬੜੇ ਔਖੇ ਹੈ ਜੀ, ਮੈਨੂੰ ਬਹੁਤ ਜ਼ੋਰ ਲੱਗਦਾ ਜੀ। ਜੀ ਸਰ, ਜੀ ਸਰ, ਇਸ ਤਰ੍ਹਾਂ ਨਹੀਂ ਮਿਲਦੇ ਇਹ ਰਿੰਗ, ਤਾਂ ਫਰੈਂਡਸ਼ਿਪ ਚ ਦੇ ਸਕਦੇ, ਲੇਕਿਨ ਫਰੈਂਡਸ਼ਿਪ ਅਸੀਂ ਕਰਦੇ ਨਹੀਂ ਹੈ। ਜੀ ਸਰ, ਜੀ ਸਰ, ਇਹ ਜੁਣ ਵੱਡੀ ਵੱਡੀ ਹੋ ਗਈ ਹੈ। ਰਾਈਟ ਸਰ, ਰਾਈਟ ਸਰ, ਤੇ ਇਹਦਾ ਮੈਡਲ ਬਹੁਤ ਜਿੱਤਣੇ ਬੜੇ ਔਖੇ ਦੀ, ਬਈ ਪ੍ਰੈਕਟਿਸ ਬਹੁਤ ਕਰਨੀ ਪੈਂਦੀ ਹੈ ਨਾ। ਹਾਂਜੀ, ਹਾਂਜੀ, ਬਿਲਕੁਲ ਸਰ, ਮਜ਼ਾਕ ਆਪਦੀ ਜਗ੍ਹਾ, ਪਰ ਸੀਰੀਅਸ ਨੋਟ ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਕਿ ਕਿੰਨਾ ਕੁ ਮੁਸ਼ਕਿਲ ਰਿਹਾ ਹੈ ਇਹ ਸਫ਼ਰ। ਤੁਸੀਂ 2014 ਦੇ ਵਿੱਚ ਸ਼ੁਰੂਆਤ ਕੀਤੀ ਆਪਦੀ ਰਨਿੰਗ ਦੀ, ਤੇ ਹੁਣ 2023 ਹੈ, ਖਤਮ ਹੋ ਗਿਆ, 2024 ਆ ਗਿਆ ਹੈ, ਤੇ ਲਗਭਗ 9 ਸਾਲ ਹੋ ਗਏ ਨੇ ਇਸ ਰਨਿੰਗ ਨੂੰ, ਤੇ ਇਸ ਰਨਿੰਗ ਨੂੰ ਕਿੱਦਾਂ ਤੁਸੀਂ ਕੰਸਿਸਟੈਂਟ ਰੱਖਿਆ ਹੈ? ਕਿਉਂਕਿ ਕੀ ਗੱਲ ਹੈ ਨਾ ਕਿ ਇੱਕ ਦਿਨ ਕਰਨਾ ਆਸਾਨ ਹੈ, ਦੂਸਰੇ ਦਿਨ ਕਰਨਾ ਵੀ ਆਸਾਨ ਹੈ, ਪਰ ਪੂਰੇ 8-9 ਸਾਲ ਰਨਿੰਗ ਕਰਨਾ ਤੇ ਨਾਲ ਗੋਲਡ ਮੈਡਲ ਵੀ ਜਿੱਤਣਾ, ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ? ਇਹ ਸਫ਼ਰ 'ਚ ਦੇਖੋ ਜੀ, ਕਈ ਲੋਕਾਂ ਦਾ ਯੋਗਦਾਨ ਹੁੰਦਾ ਸਾਡਾ। ਇੱਕ ਤਾਂ ਮੇਰਾ ਗੁਰੂ ਜਿਹੜਾ ਸੈਣੀ, ਮਿਸਟਰ ਸੈਣੀ ਹੈ ਜੀ, ਗੁਰਚਰਨ ਸਿੰਘ ਸੈਣੀ ਜੀ, ਠੀਕ ਹੈ ਜੀ, ਗੁਰਦਿਆਲ ਸਿੰਘ ਸੈਣੀ, ਸੋਰੀ, ਉਹ ਮੈਰਾਥਨ ਕਰਾਉਂਦੇ ਵੀ ਹੈ, ਇਹ ਛੋਟੀਆਂ ਗੇਮਾਂ ਕਰਾਉਂਦੇ ਨੇ, ਇਹਦੀਆਂ ਆਪਣਾ ਮਾਸਟਰ ਗੇਮ ਕਰਾਉਂਦੇ ਨੇ, ਠੀਕ ਹੈ। ਉਹਨਾਂ ਤੋਂ ਮੈਂ ਸ਼ੁਰੂ ਕਰੀ ਆਦਤ ਕਰੀ ਸੀ, ਸਮਝ ਲਓ, ਉਹਨਾਂ ਨੇ ਮੈਨੂੰ ਗਾਈਡੈਂਸ ਦਿੱਤੀ ਸੀ ਵੀ ਇਸ ਤਰ੍ਹਾਂ ਕਰਿਆ ਕਰੋ, ਹੈ ਨਾ। ਤੇ ਨੰਬਰ 2 ਫਿਰ ਸਾਡੇ ਸੰਜੀਵ ਕੁਮਾਰ ਨੇ ਕੋਚ ਜੀ, ਉਹਨਾਂ ਨਾਲ ਉਹਨਾਂ ਦੀ ਕੋਚਿੰਗ ਸਾਨੂੰ ਮਿਲੀ 2-3 ਸਾਲ, ਰਿਵੋਕ ਗਰੁੱਪ ਤੋਂ ਸੀਗੇ, ਤੇ ਅੱਜ ਕੱਲ ਉਹਨਾਂ ਦਾ ਬਾਈ ਸੈਕਟਰ ਇੰਸਟੀਚਿਊਟ ਵੀ ਹੈਗਾ ਜੀ।
ਤੇ ਉਹਨਾਂ ਤੋਂ ਬੜਾ ਸਾਨੂੰ ਮਦਦ ਮਿਲੀ ਆ। ਮੇਰੀ ਸਪੀਡ ਜਿਹੜੀ ਵਧੀਆ ਉਹਨਾਂ ਨਾਲ ਹੀ ਵਧੀ ਹੈਗੀ ਆ, ਉਹ ਜਿਹੜੇ ਸੰਜੀਵ ਸਿੰਘ ਜੀ 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 ਸਰ ਕੀ ਟਿਪਸ ਨੇ, ਮਤਲਬ ਕੀ ਸਾਂਝੇ ਕਰਨਾ ਚਾਹੋਗੇ ਉਹ ਗੱਲਾਂ ਜੋ ਕਿ ਜਿਹੜੇ ਬੱਚੇ ਰਨਿੰਗ ਦੇ ਵਿੱਚ ਰੁਚੀ ਰੱਖਦੇ ਨੇ, ਇੰਟਰਸਟ ਰੱਖਦੇ ਨੇ, ਉਹ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਬੱਚਿਆਂ ਦਾ ਤਾਂ ਇਹੀ ਆ ਵੀ ਰੋਜ਼ ਪ੍ਰੈਕਟਿਸ ਜ਼ਰੂਰੀ ਆ, ਔਰ ਕਿਸੇ ਦੇ ਕੋਚ ਦੇ ਅੰਡਰ ਕਰਕੇ ਕਰਨੀ ਚਾਹੀਦੀ ਹੈ ਨਾ। ਬਾਕੀ ਇਸ ਤਰ੍ਹਾਂ ਤਾਂ ਕਿਸੇ ਨੂੰ ਦੇ ਨਹੀਂ ਸਕਦੇ ਟਿਪਸ ਜ਼ਿਆਦਾ ਕੋਈ, ਇਸ ਤਰ੍ਹਾਂ ਨਹੀਂ। ਤੇ ਬਾਕੀ ਜਿਹੜੇ ਕਿਸੇ ਨੇ ਕਰਨੀ ਹੈ ਸਾਡੇ ਨਾਲ ਆ ਵੀ ਸਕਦੇ ਆ, ਸਾਡੇ ਕੋਲ ਅਸੀਂ ਟ੍ਰੇਨਿੰਗ ਵੀ ਦੇ ਸਕਦੇ ਆ ਜੀ, ਬਿਲਕੁਲ। ਇਹਨਾਂ ਦੀ ਸਪੀਡ ਬਹੁਤ ਵਧੀਆ ਹੋ ਸਕਦੀ ਹੈ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਜਨਾਬ ਮੇਰੇ ਨਾਲ ਨੇ ਇਸ ਵਕਤ ਸ਼ਮਸ਼ੇਰ ਸਿੰਘ ਜੀ, ਡੀਬੀ ਰੇਡੀਓ ਸਟੂਡੀਓ ਆਏ ਹੋਏ ਨੇ, ਤੇ ਜੇ ਗੱਲ ਕਰੀਏ ਫਿਟਨੈਸ ਦੀ, ਰਨਿੰਗ ਦੀ, ਤਾਂ ਬਿਲਕੁਲ ਉਹ ਗੱਲ ਸੱਚੀ ਬੈਠਦੀ ਹੈ ਸਰ ਨਾਲ ਕਿ ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਅ ਮੈਨ ਹੈਲਦੀ ਵੈਲਦੀ ਵਾਈਜ਼। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਉਹਨਾਂ ਬੱਚਿਆਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਜਿਹੜੇ ਬੱਚੇ ਮੋਬਾਈਲ ਦੇ ਵਿੱਚ ਘੁਸੇ ਰਹਿੰਦੇ ਨੇ, ਟੀਵੀ ਦੇਖਦੇ ਰਹਿੰਦੇ ਨੇ ਤੇ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਜ਼ਿਆਦਾ। ਉਹਨਾਂ ਨੂੰ ਸਲਾਹ ਤਾਂ ਇਹੀ ਹੈ ਜੀ ਕਿ ਸਵੇਰੇ ਰਾਤ ਨੂੰ ਮੋਬਾਈਲ ਦਾ ਖਹਿੜਾ ਛੱਡਣ ਜੀ, ਜਲਦੀ ਸੌਣ, ਸਵੇਰੇ ਉੱਠ ਕੇ ਜਲਦੀ ਗਰਾਊਂਡ 'ਚ ਜਾਣ ਤੇ ਆਪਣਾ ਫਾਸਟ ਫੂਡ ਨਾ ਖਾਣ, ਠੀਕ ਹੈ ਜੀ। ਨੰਬਰ 2, ਚੰਗੀ ਸੋਚ ਰੱਖਣ, ਚੰਗੀ ਸੋਚ ਰੱਖਣ ਬਹੁਤ ਹੀ ਜ਼ਰੂਰੀ, ਬਹੁਤ ਹੀ ਜ਼ਰੂਰੀ। ਤੇ ਸਰ ਆ ਵੀ ਦੱਸ ਦੋ ਕਿ ਕਿੱਦਾਂ ਖਹਿੜਾ ਛੱਡਣ, ਮੇਰੇ ਖਿਆਲ ਨਾਲ ਉਹ ਜ਼ਿਆਦਾ ਮਾਇਨੇ ਰੱਖਦੀ ਗੱਲ, ਕਿਸ ਤਰੀਕੇ ਨਾਲ ਉਹ ਆਪਦੀ ਪ੍ਰੋਬਲਮਸ ਤੋਂ ਮੁਕਤ ਹੋ ਸਕਦੇ ਨੇ। ਖਹਿੜਾ ਤਾਂ ਇਸ ਤਰ੍ਹਾਂ ਛੁੱਟ ਜਾਏਗਾ, ਤੁਸੀਂ ਵਰਕਆਊਟ ਸ਼ੁਰੂ ਕਰ ਦੋ ਤੇ ਤੁਹਾਨੂੰ ਜਦੋਂ ਸਰੀਰ ਥੱਕ ਜਾਏਗਾ ਤੁਹਾਨੂੰ ਨੀਂਦ ਤਾਂ ਆਪਣੇ ਆਪ ਆ ਜਾਣੀ ਆ। ਤੁਸੀਂ ਸ਼ਾਮ ਨੂੰ ਵੀ ਜਾ ਕੇ ਤੁਸੀਂ ਵਰਕਆਊਟ ਕਰ ਸਕਦੇ ਆ, ਸਵੇਰੇ ਵੀ ਕਰੋ ਤੇ ਸ਼ਾਮ ਨੂੰ ਵੀ ਕਰ ਲਓ ਜੇ ਤੁਹਾਡੇ ਕੋਲ ਟਾਈਮ ਹੈਗਾ। ਮੋਬਾਈਲ ਦਾ ਖੜਾ ਤਾਂ ਆਪੇ ਛੁੱਟ ਜਾਣਾ ਜਦੋਂ ਤੁਸੀਂ ਵਰਕਆਊਟ ਕਰੋਗੇ, ਬਿਲਕੁਲ ਤੁਹਾਡਾ ਸਰੀਰ ਥੱਕ ਜਾਏਗਾ ਤੇ ਤੁਹਾਨੂੰ ਨੀਂਦ ਜਲਦੀ ਆ ਜਾਏਗੀ। ਰੋਟੀ ਖਾ ਕੇ ਪਤਾ ਹੀ ਲੱਗ ਜਾਂਦਾ ਵੀ ਕਦੋਂ ਨੀਂਦ ਆ ਗਈ, ਤਾਂ ਟੀਵੀ ਦੇਖਦੇ ਦੇਖਦੇ ਨੀਂਦ ਆ ਜਾਂਦੀ, ਟੀਵੀ ਚੱਲਦਾ ਰਹਿੰਦਾ। ਮੈਂ 2 ਕਈ ਵਾਰੀ 2 ਵਜੇ ਬੰਦ ਕਰਦਾ ਮੈਂ ਟੀਵੀ ਉੱਠ ਕੇ ਜਦੋਂ। ਸਰ ਮੈਨੂੰ ਲੱਗਦਾ ਮੈਂ ਤੁਹਾਡੀ ਗੱਲਾਂ ਸੁਣ ਕੇ ਮੈਨੂੰ ਇੰਨਾ ਮਜ਼ਾ ਆ ਰਿਹਾ ਨਾ, ਮੈਨੂੰ ਏਦਾਂ ਲੱਗਦਾ ਕਿ ਜੇ ਜ਼ਿੰਦਗੀ ਜੀਣੀ ਹੋਵੇ ਤਾਂ ਇਸੇ ਤਰ੍ਹਾਂ ਹੀ ਜੀਣੀ ਚਾਹੀਦੀ ਹੈ, ਜਿੱਥੇ ਮਤਲਬ ਕੋਈ ਟੈਨਸ਼ਨ ਨਾ ਹੋ ਨੀਂਦ ਦੀ ਤੇ ਫਿਟਨੈਸ ਦੀ ਕੋਈ ਟੈਨਸ਼ਨ ਨਾ ਹੋਵੇ। ਤੇ ਸਰ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਡਰੱਗਸ ਵੱਲ ਥੋੜੇ ਜੇ ਅੱਜ ਰੁਝਾਨ ਰੱਖਦੇ ਨੇ? ਡਰੱਗਸ ਦਾ ਵੀ ਇਹੀ ਹੈ ਵੀ ਤੁਸੀਂ ਅਡਿਕਟ ਹੋ ਜਾਓ ਰਨਿੰਗ ਦੇ ਜਾਂ ਜਿਮ ਦੇ ਹੋ ਜਾਓ ਤੁਸੀਂ, ਹੈਨਾ, ਤੁਹਾਨੂੰ ਡਰੱਗਸ ਲੈਣ ਦੀ ਲੋੜ ਨਹੀਂ ਪਏਗੀ। ਬਿਲਕੁਲ, ਤੁਸੀਂ ਅਡਿਕਟ ਹੋ ਜਾਓ ਆਪਣਾ ਪਾਰਕ ਜਾਣ ਦੇ, ਡੇਲੀ ਵੀ ਮੈਂ ਤਾਂ ਜਾਣਾ ਹੀ ਜਾਣਾ, ਰੋਟੀ ਭੁੱਲ ਜਾਵਾਂ ਮੈਂ ਪਾਰਕ ਜ਼ਰੂਰ ਜਾਣਾ, ਮੈਂ ਗਰਾਊਂਡ ਜ਼ਰੂਰ ਜਾਣਾ। ਇਹ ਤੁਹਾਡੇ ਜਜ਼ਬਾ ਹੋਣਾ ਚਾਹੀਦਾ ਮੈਂ ਛੱਡਣਾ ਹੀ ਆ ਸਾਰਾ ਕੁਛ। ਉਹ ਬੜੇ ਵੱਡੇ ਛੱਡ ਜਾਂਦੇ, ਮੇਰੇ ਕੋਲ ਆਏ 2-3 ਬੰਦੇ ਐਸੇ ਵੀ ਆਏ ਆ ਕਿ ਅਸੀਂ ਤਾਂ ਯਾਰ ਕੁਛ ਵੀ ਨਹੀਂ ਸੀ ਕਰਦੇ ਹੁੰਦੇ ਜੀ, ਠੀਕ ਆ, ਯਾਰ ਹੁਣ ਮੇਰੇ ਨਾਲ ਉਹ ਦੌੜਦੇ ਵੀ ਆ, ਬਹੁਤ ਵਧੀਆ ਦੌੜਦੇ ਆ। ਵਾਹ, ਕੀ ਬਾਤ ਹੈ, ਕੋਈ ਗੱਲ ਨਾ ਕਿ ਜਿੱਥੇ ਚਾਹ ਹੈ ਉੱਥੇ ਹੀ ਰਾਹ ਹੈ। ਤੇ ਇੱਕ ਵਾਰੀ ਆਈ ਥਿੰਕ ਉਸ ਗੱਲ ਦੇ ਵਿੱਚ ਪੈਣ ਦੀ ਦੇਰ ਹੁੰਦੀ ਹੈ, ਤੇ ਉਸ ਟਾਈਮ ਤੇ ਕਿਉਂਕਿ ਜਦੋਂ ਕੋਈ ਵੀ ਬੱਚਾ ਡਰੱਗਸ ਦੇ ਵਿੱਚ ਹੁੰਦਾ ਹੈ ਉਸ ਟਾਈਮ ਤੇ ਉਹਨੂੰ ਕੁਝ ਸਮਝ ਨਹੀਂ ਆਉਂਦੀ ਕਿ ਕੀ ਸਹੀ ਹੈ ਤੇ ਕੀ ਗਲਤ ਹੈ, ਤਾਂ ਉਸ ਟਾਈਮ ਤੇ ਆਈ ਥਿੰਕ ਫੈਮਿਲੀ ਸਪੋਰਟ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਉੱਪਰ? ਹਾਂ, ਫੈਮਿਲੀ ਦੀ ਸਪੋਰਟ ਤਾਂ ਬਹੁਤ ਜ਼ਰੂਰੀ ਹੈ ਜੀ, ਫੈਮਿਲੀ ਦੀ ਸਪੋਰਟ ਤੇ ਨਾਲ ਦੇ ਯਾਰ ਮਿੱਤਰ ਵੀ ਚੰਗੇ ਹੋਣ ਜੀ, ਬਿਲਕੁਲ, ਚੰਗੇ ਦੋਸਤਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਦੇਖ ਕੇ ਆਪਣਾ। ਤੇ ਬਾਕੀ ਤਾਂ ਇਹੀ ਆ ਵੀ ਮਾਂ ਬਾਪ ਦੀ ਤਾਂ ਇੱਜ਼ਤ ਤੁਸੀਂ ਕਰਨੀ ਚਾਹੀਦੀ ਆ, ਜੋ ਕਹਿੰਦੇ ਆ ਤਾਂ ਉਹਨਾਂ ਨਾਲ ਤੁਸੀਂ ਐਗਰੀ ਹੋਣਾ ਚਾਹੀਦਾ। ਤੇ ਜੇ ਮੈਂ ਗੱਲ ਕਰਾਂ ਗੋਲਡ ਸਿਲਵਰ ਮੈਡਲਸ ਦੀ ਤਾਂ ਇਹਨਾਂ ਕੋਲ ਢੇਰ ਸਾਰੀ ਲਿਸਟ ਹੈ ਸਰ। ਇੱਕ ਤਾਂ ਜੀ ਤੁਸੀਂ ਸਾਨੂੰ ਆਪਦੇ ਘਰ ਬੁਲਾਓ ਕਿਉਂਕਿ ਅਸੀਂ ਤੁਹਾਡੀ ਗੋਲਡ ਮੈਡਲਸ, ਸਿਲਵਰ ਮੈਡਲਸ, ਪਲੈਟੀਨਮ, ਬ੍ਰੌਂਜ਼ ਸਾਰੇ ਮੈਡਲਸ ਪਹਿਲਾਂ ਤਾਂ ਦੇਖਣਾ ਚਾਹਾਂਗੇ ਧਿਆਨ ਨਾਲ ਕਿ ਕਿੰਨੇ ਸੋਹਣੇ ਤੇ ਕਿੰਨੇ ਵਧੀਆ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਲੈਕਟ ਕੀਤੇ ਨੇ। ਜ਼ਰੂਰ ਜੀ, ਤੁਹਾਨੂੰ ਸੱਦਾ ਹੈ, ਮੇਰੇ ਘਰ ਆਓ, 20 ਸੈਕਟਰ ਘਰ ਹੈ ਮੇਰਾ ਚੰਡੀਗੜ੍ਹ।
ਮਤਲਬ ਪੂਰੀ ਟ੍ਰਾਈ ਸਿਟੀ ਨੂੰ ਤੁਸੀਂ ਅੱਜ ਇਨਵਾਈਟ ਕਰ ਰਹੇ ਹੋ। ਹਾਂਜੀ ਸਾਰੇ ਜੋ ਮਰਜੀ ਆ ਜਾਓ ਜੀ, ਮੇਰੇ ਤਾਂ ਘਰ ਖੁੱਲਾ ਹੈ। ਅਰੇ ਵਾਹ ਕੀ ਬਾਤ ਹੈ, ਚਾਹ ਤਿਆਰ ਕਰਕੇ ਬੈਠਦਾ। ਅਰੇ ਵਾਹ ਕੀ ਬਾਤ ਹੈ ਭਾਈ, ਓਪਨ ਆਪਕੋ ਇਨਵੀਟੇਸ਼ਨ ਮਿਲ ਰਹਾ ਹੈ ਯਹਾਂ ਪੇ ਗਰਮਾ ਗਰਮ ਚਾਹ ਔਰ ਸਾਥ ਮੇਂ ਮੈਰਾਥਨ ਰਨਰ ਸੇ ਢੇਰ ਸਾਰੀ ਬਾਤੇ ਸਿੱਖਣੇ ਕਾ। ਤੇ ਸਰ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਇਹ 10-9 ਸਾਲਾਂ ਦੇ ਸਫ਼ਰ ਦੇ ਵਿੱਚ ਤੁਸੀਂ ਕੀ ਉਹ ਇੱਕ ਚੀਜ਼ ਸਿੱਖੀ ਹੈ? ਵੈਸੇ ਤਾਂ ਬਹੁਤ ਕੁਝ ਸਿੱਖਿਆ ਹੋਊਗਾ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਹੈ, ਲੇਕਿਨ ਫਿਰ ਵੀ ਉਹ ਇੱਕ ਚੀਜ਼ ਜਿਹੜੀ ਤੁਹਾਡੇ ਵਾਸਤੇ ਬਹੁਤ ਮਾਇਨੇ ਰੱਖਦੀ ਹੈ। ਉਹ ਹੋਇਆ ਜੀ, ਮੇਰਾ ਜਿਹੜੀ ਬੜੀ ਟੈਨਸ਼ਨ ਰਹਿੰਦੀ ਸੀ ਨਾ, ਉਹ ਹੈ ਦੌੜਨ ਨਾਲ ਮੇਰੇ ਗਰਾਊਂਡ ਚ ਆਉਣ ਨਾਲ ਟੈਨਸ਼ਨ ਖਤਮ ਹੋ ਗਈ ਹੈ। ਮੈਨੂੰ ਕੋਈ ਟੈਨਸ਼ਨ ਨਹੀਂ ਹੈ, ਮੈਨੂੰ ਰਾਤ ਨੂੰ ਟੀਵੀ ਦੇਖਦੇ ਦੇਖਦੇ ਨੀਂਦ ਆ ਜਾਂਦੀ ਹੈ। ਅਰੇ ਵਾਹ ਕੀ ਬਾਤ ਹੈ ਸਰ, ਆਈ ਥਿੰਕ ਤੁਹਾਡੀ ਇਸ ਗੱਲ ਨੇ ਨਾ ਦਿਲ ਛੂ ਲਿਆ। ਤੇ ਉਹ ਕਿਸ ਤਰ੍ਹਾਂ ਦਾ ਚੇਂਜ, ਮਤਲਬ ਉਹ ਕੀ ਉਹ ਮੈਜਿਕ ਹੈ ਰਨਿੰਗ ਤੋਂ ਬਾਅਦ ਕਿ ਤੁਹਾਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਹੁਣ? ਮਤਲਬ ਕੋਈ ਟੈਨਸ਼ਨ ਨਹੀਂ ਹੈ ਸੱਚੀ ਦੇ ਵਿੱਚ, ਕੁਝ ਵੀ ਨਹੀਂ, ਕੁਝ ਵੀ ਹੋ ਜੇ ਜ਼ਿੰਦਗੀ ਦੇ ਵਿੱਚ? ਅਰੇ ਵਾਹ, ਬੜੀਆਂ ਘਰ ਚ ਘਰੇਲੂ ਹੁੰਦੀਆਂ, ਤੁਹਾਨੂੰ ਪਤਾ ਹੀ ਆ, ਸਾਰੀਆਂ ਪ੍ਰੋਬਲਮਾਂ ਹੁੰਦੀਆਂ, ਲੇਕਿਨ ਟੈਨਸ਼ਨ ਨਹੀਂ ਹੁੰਦੀ। ਅਰੇ ਵਾਹ ਕੀ ਬਾਤ ਹੈ ਸਰ, ਆਈ ਥਿੰਕ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਪਰ ਆਪਾਂ ਥੋੜੀਆਂ ਜਿਹੀਆਂ ਹੋਰ ਗੱਲਾਂ ਕਰਨਾ ਚਾਹਾਂਗੇ ਕਿ ਅੱਜ ਕੱਲ ਜੇ ਗੱਲ ਕਰੀਏ ਯੂਥ ਦੀ ਤਾਂ ਮਤਲਬ ਕੋਈ ਵੀ ਗੱਲ ਕਰ ਲਓ ਤਾਂ ਉਸ ਗੱਲ ਦੇ ਪਿੱਛੇ ਕੋਈ ਨਾ ਕੋਈ ਸਟ੍ਰੈਸ ਹੁੰਦਾ ਕਿਸੇ ਬੰਦੇ ਨੂੰ। ਤੇ ਤੁਸੀਂ ਕਿਵੇਂ ਜਿਹੀਆਂ ਐਕਸਰਸਾਈਜ਼ ਦੱਸਣਾ ਚਾਹੋਗੇ ਜਿਸ ਦੇ ਨਾਲ ਕਿ ਸਟ੍ਰੈਸ ਲੈਵਲਸ ਘੱਟ ਹੁੰਦੇ ਨੇ ਜਾਂ ਫਿਰ ਰਿਲੈਕਸੇਸ਼ਨ ਵੱਧਦੀ ਹੈ? ਟੈਨਸ਼ਨ ਫ੍ਰੀ ਕਰਨ ਵਾਸਤੇ ਲੌਂਗ ਰਨਿੰਗ ਕਰਨੀ ਚਾਹੀਦੀ ਆ, ਠੀਕ ਹੈ ਜੀ, ਉਹਦੇ ਨਾਲ ਬੰਦੇ ਦੇ ਦਿਮਾਗ ਤੇ ਟੈਨਸ਼ਨ ਨਹੀਂ ਰਹਿੰਦੀ ਜੀ। ਨੰਬਰ 2 ਫਿਰ ਯੋਗਾ ਦੀ ਐਕਸਰਸਾਈਜ਼ਾਂ ਕਰ ਲਓ ਜੀ, ਠੀਕ ਹੈ ਜੀ, ਪਾਰਕ ਚ ਯਾਰ ਮਿੱਤਰਾਂ ਨਾਲ ਬੈਠ ਲਓ, ਹੈ ਨਾ, ਤੇ ਉੱਥੇ ਵੀ ਟੈਨਸ਼ਨ ਤੁਹਾਡੀ ਘਟਦੀ ਆ। ਜਦੋਂ ਤੁਸੀਂ 2-2.5 ਘੰਟੇ ਪਾਰਕ ਚ ਲਗਾ ਕੇ ਆਉਂਦੇ ਸਵੇਰੇ ਜੀ, ਤੇ ਤੁਹਾਡੀ ਟੈਨਸ਼ਨ ਤਾਂ ਵੈਸੇ ਆਟੋਮੈਟਿਕਲੀ ਖਤਮ ਹੋ ਜਾਏਗੀ। ਕੀ ਬਾਤ ਹੈ, ਬਿਲਕੁਲ। ਤੇ ਆਪਾਂ ਤੁਹਾਡੇ ਨਾਲ ਇੱਕ ਐਵੇਂ ਜਿਹਾ ਯੋਗਾ ਦਾ ਆਸਨ ਕਰਨਾ ਚਾਹਾਂਗੇ ਸਟੂਡੀਓ ਦੇ ਵਿੱਚ, ਕਰ ਸਕਦੇ ਹਾਂ? ਕਰ ਸਕਦੇ ਹਾਂ ਜੀ। ਸ਼ਮਸ਼ੀਰ ਜੀ, ਤੁਸੀਂ ਮੈਰਾਥਨਰ ਹੋ, ਰਨਰ ਹੋ ਤੇ ਬਹੁਤ ਜ਼ਿਆਦਾ ਫਿਟ ਹੋ, ਤੇ ਇੱਕ ਆਸਨ ਅੱਜ ਸਾਨੂੰ ਵੀ ਸਿਖਾ ਦਿਓ। ਜ਼ਰੂਰ ਜੀ, ਜ਼ਰੂਰ ਸਿੱਖੋ। ਹਾਂ ਜੀ, ਕਰੋ ਜੀ, ਟ੍ਰੀ ਪੋਚ ਹੈ, ਨਾਲੇ ਸੂਰਿਆ ਨਮਸਕਾਰ ਵੀ ਕਰ ਲਓ ਇਹਦੇ ਨਾਲ, ਸੂਰਜ ਨੂੰ ਨਮਸਕਾਰ ਕਰੋ। ਕੀ ਬਾਤ ਹੈ ਜੀ, ਕੀ ਬਾਤ ਹੈ। ਇਹ ਦੋਨੇ ਲੈਗਸ ਦਾ ਵਾਰੀ ਵਾਰੀ ਕਰਨਾ, ਇੱਕ ਇੱਕ ਮਿੰਟ ਹੋਲਡ ਕਰਕੇ, ਤੁਹਾਡੀ ਲੈਗ ਵੀ ਸਟਰੋਂਗ ਹੁੰਦੀ ਹੈ ਤੇ ਤੁਹਾਡਾ ਟੈਨਸ਼ਨ ਵੀ ਤੇ ਬੈਲੈਂਸ ਬਹੁਤ ਵਧੀਆ ਬਣਦਾ ਹੈ ਇਹਦੇ ਨਾਲ। ਵਾਹ ਕੀ ਬਾਤ ਹੈ, ਇਹ ਤੋਂ ਬਾਅਦ ਲੈਗ ਚੇਂਜ ਵੀ ਕਰਾਂਗੇ ਜੀ। ਹਾਂਜੀ ਸਰ, ਅੱਜ ਉਹ ਦੂਸਰੀ ਲੈਗ ਤੇ ਆ ਜਾਂਦੇ ਆ ਫਿਰ। ਇਹ ਹੈ ਜੀ, ਇਹ ਕਰ ਲਓ। ਕੀ ਬਾਤ ਹੈ, ਇਕੁਅਲ ਕਰਨਾ ਦੋਨਾਂ ਦਾ ਬਰਾਬਰ ਜੀ ਜੀ। ਅਗਰ ਬੈਲੈਂਸ ਨਾ ਬਣੇ ਤੇ ਇੱਕ ਕਿਸੇ ਪੁਆਇੰਟ ਤੇ ਨਿਗਾ ਟਕਾ ਲੈਣੀ ਤੁਸੀਂ। ਅੱਛਾ, ਫਿਰ ਤੁਹਾਡਾ ਬੈਲੈਂਸ ਬਹੁਤ ਵਧੀਆ ਬਣਦਾ। ਕੀ ਬਾਤ ਹੈ, ਨਿਗਾ ਤੁਸੀਂ ਘੁਮਾਓਗੇ ਤੇ ਤੁਹਾਡਾ ਬੈਲੈਂਸ ਖਰਾਬ ਹੋ ਜਾਂਦਾ। ਮੇਰਾ ਆਪਣਾ ਕ੍ਰੀਏਟ ਕੀਤਾ ਹੋਇਆ। ਕੀ ਬਾਤ ਹੈ,